ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਮਸਕਾ ਚਸਕਾ ਟਾਈਮਸ। ਤੁਹਾਨੂੰ ਦੱਸ ਦਈਏ ਕਿ ਸਕਰੀਨ 'ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਸ਼ਹਿਰ ਦਾ ਨਵਾਂ ਬੱਸ ਸਟੈਂਡ, ਜਿਸ ਦੀ ਅੱਜ ਤੋਂ ਓਪਨਿੰਗ ਹੋ ਚੁੱਕੀ ਹੈ। ਔਰ ਇਹ ਓਪਨਿੰਗ ਕਰ ਰਹੇ ਨੇ ਸਰਦਾਰ ਕੰਵਰ ਪ੍ਰਤਾਪ ਸਿੰਘ ਬਾਜਵਾ। ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ, ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਕਾਦੀਆਂ ਦੀ ਜੋ ਪਾਰਕ ਹੈ ਕਮੇਟੀ ਘਰ ਦੇ ਬੈਕ ਸਾਈਡ 'ਤੇ, ਉਸ ਦੀ ਵੀ ਓਪਨਿੰਗ ਹੋ ਚੁੱਕੀ ਹੈ, ਸ਼ੁਰੂਆਤ ਹੋ ਚੁੱਕੀ ਹੈ। ਬੱਚੇ ਅੱਜ ਖੇਡ ਰਹੇ ਨੇ, ਤਸਵੀਰਾਂ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਇੱਕ ਹੋਰ ਨਵੀਂ ਖੁਸ਼ਖਬਰੀ ਕਾਦੀਆਂ ਦੇ ਵਾਸਤੇ ਕਿ ਸਰਦਾਰ ਭਗਤ ਸਿੰਘ ਚੌਂਕ ਜੋ ਤੁਸੀਂ ਦੇਖਿਆ, ਉਹਦੇ ਵਿੱਚ ਪਹਾਰੇ ਵੀ ਲੱਗੇ ਨੇ, ਲਾਈਟਾਂ ਵੀ ਲੱਗ ਗਈਆਂ ਨੇ, ਔਰ ਕਾਦੀਆਂ ਲਿਖਿਆ ਇੱਕ ਸਾਈਨ ਬੋਰਡ ਪਿੱਛੇ ਬੈਕ ਸਾਈਡ 'ਤੇ ਤੁਸੀਂ ਦੇਖ ਰਹੇ ਹੋ, ਉਸ ਦੀ ਓਪਨਿੰਗ ਹੋ ਚੁੱਕੀ ਹੈ ਸਾਰੇ ਚੀਜ਼ਾਂ ਦੀ। ਔਰ ਅੱਜ ਦੀਆਂ ਇਹ ਤਾਜ਼ੀਆਂ ਖਬਰਾਂ ਨੇ ਤੁਹਾਡੇ ਸਾਹਮਣੇ ਜੋ ਰੱਖ ਰਹੇ ਹਾਂ ਅਸੀਂ ਕਾਦੀਆਂ ਤੋਂ। ਸੋ ਬਣੇ ਰਹੋ ਚੈਨਲ ਦੇ ਨਾਲ। ਅੱਜ ਜੀ ਇੱਥੇ ਸਰਦਾਰ ਫਤਿਹ ਜੰਗ ਸਿੰਘ ਜੀ ਬਾਜਵਾ ਨੇ ਵੈਸੇ ਪਹੁੰਚਣਾ ਸੀ, ਪਰ ਕੋਈ ਸਿਆਸੀ ਰੁਝੇਵਿਆਂ ਕਰਕੇ ਉਹ ਅੱਜ ਪਹੁੰਚ ਨਹੀਂ ਸਕੇ। ਅਤੇ ਅੱਜ ਇੱਥੇ ਨਵੇਂ ਬੱਸ ਸਟੈਂਡ ਦਾ ਕਾਦੀਆਂ ਆਪਾਂ ਉਦਘਾਟਨ ਕੀਤਾ ਹੈਗਾ, ਜਿਹੜੇ ਕਿ ਕਾਫੀ ਸਮੇਂ ਤੋਂ ਇਹਦੀ ਇੱਕ ਮੰਗ ਸੀ। ਟ੍ਰੈਫਿਕ ਕਰਕੇ ਬਹੁਤ ਵੱਡੀ ਪ੍ਰੋਬਲਮ ਆਉਂਦੀ ਸੀ ਸ਼ਹਿਰ ਦੇ ਵਿੱਚ, ਜੋ ਕਿ ਇਸ ਨਵੇਂ ਬੱਸ ਸਟੈਂਡ ਬਣਨ ਕਰਕੇ ਹੁਣ ਬਾਹਰੋਂ ਬਾਹਰ ਜ਼ਿਆਦਾਤਰ ਜਿਹੜੀਆਂ ਬੱਸਾਂ ਨੇ ਉਹ ਇੱਧਰੋਂ ਨਿਕਲ ਜਾਇਆ ਕਰਨਗੀਆਂ। ਹੋਰ ਨਵੇਂ ਆਪਾਂ ਰੂਟਸ ਵੀ ਲੈ ਕੇ ਆਵਾਂਗੇ ਕਾਦੀਆਂ ਤੋਂ, ਅਤੇ ਨਾਲ ਹੀ ਇਹਦੀ ਟੋਟਲ ਜਿਹੜੀ ਕੀਮਤ 4 ਕਰੋੜ 23 ਲੱਖ ਦੀ ਲਾਗਤ ਨਾਲ ਇਹ ਬਣ ਰਿਹਾ, ਅਤੇ ਇਹਦਾ ਸਾਰਾ ਜਿਹੜਾ ਸ਼੍ਰੇਅ ਹੈਗਾ ਉਹ ਬਾਜਵਾ ਸਾਹਿਬ ਸਰਦਾਰ ਫਤਿਹ ਜੰਗ ਸਿੰਘ ਜੀ ਬਾਜਵਾ ਨੂੰ ਜਾਂਦਾ ਹੈ ਕਿ ਉਹਨਾਂ ਨੇ ਆਪ ਜਾ ਕੇ ਇਹ CM ਸਾਹਿਬ ਕੋਲੋਂ ਕਰਵਾਇਆ, ਅਤੇ ਬਹੁਤ ਹੀ ਮੁਬਾਰਕਬਾਦ ਦਿੰਦਾ ਸਾਰੇ ਕਾਦੀਆਂ ਦੇ ਨਿਵਾਸੀਆਂ ਨੂੰ ਕਿ ਇਹਨਾਂ ਦੀ ਜਿਹੜੀ ਕਾਫੀ ਦੇਰ ਤੋਂ ਇੱਕ ਮੰਗ ਸੀ ਉਹ ਅੱਜ ਪੂਰੀ ਹੋ ਚੁੱਕੀ। ਕਿੰਨਾ ਕੁ ਸਮਾਂ ਲੱਗੇਗਾ ਜੀ ਇਹਨੂੰ ਸੰਪੂਰਨ ਹੋਣ ਦੇ ਵਿੱਚ? ਇਹ ਜੀ ਹੁਣ ਆਪਾਂ ਕੰਮ ਇਸ ਅਗਲੇ ਹਫ਼ਤੇ ਦੇ ਵਿੱਚ ਆਪਾਂ ਸ਼ੁਰੂ ਕਰਾ ਦੇਣਾ, ਅਤੇ ਕੰਪਲੀਸ਼ਨ ਸਾਡੀ ਕੋਸ਼ਿਸ਼ ਰਹੂਗੀ ਕਿ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਅਤੇ ਇਹਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਵੇ। ਅੱਜ ਜੀ ਜਿਹੜਾ ਬਾਜਵਾ ਸਾਹਿਬ ਨੇ ਕੁਛ ਮਹੀਨੇ ਪਹਿਲਾਂ ਸਰਦਾਰ ਫਤਿਹ ਜੰਗ ਸਿੰਘ ਜੀ ਬਾਜਵਾ ਨੇ ਉਦਘਾਟਨ ਕੀਤਾ ਸੀ ਪਾਰਕ ਦਾ, ਉਹ ਅੱਜ ਓਫੀਸ਼ੀਅਲ ਤੌਰ 'ਤੇ ਆਪਾਂ ਜਨਰਲ ਪਬਲਿਕ ਲਈ, ਕਾਦੀਆਂ ਦੇ ਨਿਵਾਸੀਆਂ ਲਈ, ਸਾਡੀ ਭੈਣਾਂ ਅਤੇ ਮਾਤਾਵਾਂ ਅਤੇ ਬਜ਼ੁਰਗਾਂ ਦੀ, ਜਿਨ੍ਹਾਂ ਦੀ ਬਹੁਤ ਵੱਡੀ ਡਿਮਾਂਡ ਸੀ ਕਿ ਇੱਕ ਪਾਰਕ ਹੋਣਾ ਚਾਹੀਦਾ ਕਾਦੀਆਂ ਵਿੱਚ। ਜਦੋਂ ਆਪਾਂ 2016 'ਚ ਆਏ ਸੀ ਇੱਥੇ ਕਾਦੀਆਂ, ਅਤੇ ਇੱਕ ਪਾਰਕ ਦੀ ਬਹੁਤ ਵੱਡੀ ਡਿਮਾਂਡ ਸੀ, ਜਿਹੜੇ ਕਿ ਅੱਜ ਨਗਰ ਕੌਂਸਲ ਦੇ ਸਹਿਯੋਗ ਨਾਲ ਸਾਡੇ MC ਸਾਹਿਬਾਨਾਂ ਦੀ
तो बहुत वड्डा योगदान है, सारे शहर का बहुत वड्डा योगदान है। उन्होंने बहुत सपोर्ट किया। सरदार फतेह जंग सिंह जी बाजवा ने बहुत एक लोंग पेंडिंग जिहड़ा एक सपना सीगा शहर दे विच, जिहदे विच आपां हुण झूले भी लाते ने, एक ओपन जिम लाता है, बैठन नू शैड लाता है, बेंचेस लाते ने, लाइटां लग गई हैं, तो एक स्क्रीन भी लाई हैगी है आपां हाई क्वालिटी दी, जिहदे विच सवेरे गुरबाणी ते दुपहरे आरती ते शाम नू होर पब्लिकली एंटरटेनमेंटली सुविधावां जिहदे विच प्ले होणगियां उह भी अज लाई है। तो अज तो कादियां निवासियां नू बहुत बहुत मुबारकबाद दिंदा है कि उन्हां दा सपना तो सीगा ही सीगा, साडा भी सपना सीगा कि एक पार्क छेती तो छेती कंप्लीट होवे, ते अज हो चुका है। तो अज शाम तो ही जनरल पब्लिक आ सकती है, तुसी कैमरा घुमाओगे तुसी देखोगे लेडीज़ यंग बंदे किन्ने वड्डी तादाद ते इत्थे मौजूद ने, इदां ही उम्मीद करदे जान। लागत किन्नी आई है इस पार्क नूं जिहड़ा बनाउण दे विच? 20 लाख नहीं, 75 लाख दी पार्क, 12 लाख 25 लाख छप्पड़ नूं वधिया तरीके नाल बना के, हाँ 30 फुट डूंगे छप्पड़ नूं आपां रेज कीता है, वो सब तो वड्डा साडे लई चैलेंज सीगा, वो कीता है। ते नाल इहदे विच कॉस्ट काफ़ी आई है, कॉस्ट तो वध इहदे विच मेहनत है ते लगन नाल जमीन छड़ाई है। हाँ ते बहुत दी जमीन ते जेड़े कब्जा सी इत्थे सारा छड़वा के ओदी पार्क बणी, जेड़ा आम लोकां दे अपना कब्जे सी ओह छड़वा के निशानदेही करा के फिर पार्क बणी। बहुत ओए जिद्दां ही मैं कह सी जी, नगर काउंसिल दा बहुत वड्डा एफर्ट है, पैसे तो ज़्यादा मेहनत लगी है इत्थे, चाहे वह कब्जा छड़ाना सी, चाहे वह पैसा लाना सी, चाहे वह पैसे की चंगी तरह यूटिलाइजेशन करवाना सी, वह साडी नगर काउंसिल दे जिन्ने ऑफिसर साहिबान ने, जिन्ने साडे प्रधान जी, साडे MC साहिबान, बहुत सारिआं दा इत्थे योगदान सी, ते बाजवा साहब नूं ते इन्हां सारिआं नूं इस चीज़ दा श्रेय जांदा। पार्क दी देखरेख वास्ते भी कुछ मुलाजम रखे गए आ? हाँ रखे जाणगे जी, कमेटी नाल एक वार अज ओपन हो गया, ते अज तो इस दे दो मुलाजमां दी इत्थे पक्की ड्यूटी होगी, जिहड़े स्क्रीन भी कंट्रोल करनगे, पाणी कोई चाहीदा होवे कल नूं आपां होर भी इत्थे सुविधावां प्रोवाइड करावांगे, जदों हो जाणगीआं ते फिर तुहानूं ओह भी दस्सांगे।